ਹੈਲੋ एवरीवन ਸਾਰੇ ਨੂੰ ਮੇਰੇ ਵੱਲੋਂ ਸਤਿ ਸ਼੍ਰੀ ਅਕਾਲ ਤੇ ਜਿਤਕੋ ਟੀਵੀ YouTube ਦੇਖਣ ਵਾਲਿਆਂ ਦਾ ਬਹੁਤ-ਬਹੁਤ ਸਵਾਗਤ ਹੈ ਅੱਜ ਇੰਟਰਨੈਸ਼ਨਲ ਔਮਨਸ ਡੇ ਮਨਾਇਆ ਜਾ ਰਿਹਾ ਹੈ ਪੂਰੀ ਦੁਨੀਆ ਦੇ ਵਿੱਚ ਐਂਡ ਇੰਟਰਨੈਸ਼ਨਲ ਔਮਨ ਡੇ ਇਸ ਕਰਕੇ ਮਾਨਤਾ ਦਿੰਦੀ ਹੈ ਇਸ ਫੈਸਟੀਵਲ ਨੂੰ ਇੱਕ ਔਰਤਾਂ ਦਾ ਸਪੈਸ਼ਲ ਫੈਸਟੀਵਲ ਟਾਈਪ ਦਾ ਹੈ ਇਹ ਕਿਉਂਕਿ ਅੱਜ ਦੇ ਦਿਨ ਹੀ ਪੂਰੀ ਦੁਨੀਆ ਦੇ ਵਿੱਚ ਔਰਤ ਨੂੰ ਇੱਕ ਸਪੈਸ਼ਲ ਰਾਈਟ ਦਿੱਤਾ ਗਿਆ ਸੀਗਾ ਆਪਣੀ ਜ਼ਿੰਦਗੀ ਨੂੰ ਆਪਣੇ ਹਿਸਾਬ ਨਾਲ ਮੰਨਣ ਲਈ ਚਲਾਉਣ ਲਈ ਐਂਡ ਇੰਡੀਪੈਂਡੈਂਟ ਲਾਈਫ ਜੀਣ ਲਈ ਔਰ ਦੂਸਰੀ ਇੱਕ ਹੋਰ ਚੀਜ਼ ਸੀ ਕਿ ਬਹੁਤ ਹੀ ਇੰਪੋਰਟੈਂਟ ਕਿ ਜੈਂਡਰ ਪਾਇਰਿਟੀ ਨੂੰ ਇਕੁਅਲ ਕਰਨ ਲਈ ਜੋ ਕਿ ਡਿਸਕ੍ਰਿਮੀਨੇਸ਼ਨ ਸੀਗਾ ਮੈਨ ਐਂਡ ਔਮਨ ਦਾ ਉਹਨੂੰ ਪੂਰਾ ਕਰਨ ਲਈ ਜੌਬ ਸਾਈਡ ਤੇ ਵਰਕ ਸਪੇਸ ਤੇ ਔਰਤਾਂ ਨੂੰ ਬਰਾਬਰ ਦਾ ਰਾਈਟ ਦਿੱਤਾ ਗਿਆ ਹੈ ਐਂਡ ਅਰਾਊਂਡ 37% ਔਮਨ ਆਰ ਆਲਰੇਡੀ ਓਕਿਪਾਈਂਗ देयर ਪੋਜੀਸ਼ਨਸ ਐਂਡ ਹੋਪਫੁਲੀ ਇਨ 2025 ਥਿਸ बायस विल बी फिफ्टी फिफ्टी परसेंट फॉर मैन एंड फिफ्टी परसेंट वूमेन विल ऑकपाई सो दिस इज़ द गुड न्यूज़ एंड दूसरी जोड़ी चीज़ है कि साउथ एशिया क्योंकि आई एम बिलोंग तो टू इंडिया त इंडिया के विच और थाले भी सफ़र करती है तो सफरिंग एक ही रीज़न है कि एजुकेशन घट है जिस जिस स्टेट्स इंडिया एजुकेशन का लेवल घट है ਉੱਥੇ ਔਰਤ ਹਲੇ ਵੀ ਸਫਰ ਕਰਦੀ ਹੈ ਜਿੱਥੇ ਔਰਤ ਨੂੰ এডਿਕੇਸ਼ਨ ਔਰ ਆਪਣੀ ਇਕੁਐਲਿਟੀ ਦੇ ਰਾਈਟ ਦਾ ਪਤਾ ਨਹੀਂ ਹੈ ਔਰ ਤਾਂ ਘਟ ਪੜੀਆਂ ਲਿਖੀਆਂ ਨੇ ਉੱਥੇ ਔਰਤ ਖੁਦ ਹੀ ਆਪਣੇ ਆਪ ਨੂੰ ਵਿਕਟਿਮ ਬਣਾ ਲੈਂਦੀਆਂ ਨੇ ਦੇ ਵਿਕਟਿਮ ਆਫ ਡੌਰੀ ਐਂਡ ਐਕਸਟਰਾ ਫੇਅਰ ਮੈਰਿਟਲ ਅਫੇਅਰ ਐਂਡ ਸੋ ਮਨੀ ਅਦਰ ਥਿੰਗਸ ਹੈ ਨਾ ਜੋ ਕਿ एवरीवन ਬਡੀ ਨੋਜ਼ ਐਂਡ ਆ ਡੋਨਟ ਵਾਂਟ ਟੂ ਡਿਸਕਲੋਜ਼ ਇਟ ਆ ਡੋਨਟ ਵਾਂਟ ਓਪਨ ਇਟ ਜਦ ਤੱਕ ਔਰਤ ਪੜ ਨਹੀਂ ਜਾਏਗੀ ਜਦ ਤੱਕ ਔਰਤ ਆਪਣੇ ਪੈਰਾਂ ਤੇ ਖੜੀ ਨਹੀਂ ਹੋ ਜਾਏਗੀ ਆਪਣੇ ਭਰਾਵਾਂ ਤੇ ਪਿਓ ਤੋਂ ਬਿਨਾ ਆਪਣੇ ਪਤੀ ਤੋਂ ਬਿਨਾ ਜ਼ਿੰਦਗੀ ਜੀਣਾ ਨਹੀਂ ਸਿੱਖ ਜਾਏਗੀ ਹਿਊਮਨ ਰਾਈਟਸ ਦਾ ਜੜਾ ਔਮਨ ਨੂੰ ਸਪੈਸ਼ਲ ਰਾਈਟ ਦਿੱਤਾ ਗਿਆ ਹੈ ਇੰਟਰਨੈਸ਼ਨਲ ਔਮਨ ਰਾਈਟਸ ਦਾ ਉਹ ਵੀ ਕੋਈ ਫਾਇਦਾ ਨਹੀਂ ਹੋਏਗਾ ਐਂਡ ਮੈਂ ਹੋਪ ਕਰਦੀ ਹਾਂ ਕਿ ਇੰਡੀਆ ਦੇ ਵਿੱਚ ਵੀ ਅਗਲੇ 5 7 10 ਸਾਲਾਂ ਦੇ ਵਿੱਚ ਔਰਤ ਪੜ ਲਿਖ ਜਾਏਗੀ ਇਵਨ ਕਿ ਚੋ ਗਿਚੋ ਪੜੀ ਦੀਆਂ ਕੁੜੀਆਂ ਵੀ ਪੜ੍ਹ ਲਿਖ ਜਾਣਗੀਆਂ ਜੋ ਕਿ ਛੋਟੀ ਜਾਤ ਮੰਨੀ ਜਾਂਦੀ ਹੈ ਮੈਂ ਤਾਂ ਕਿਸੇ ਜਾਤ ਪੱਛ ਵਿਸ਼ਵਾਸ ਨਹੀਂ ਕਰਦੀ ਜੋ ਇੰਡੀਆ ਦੇ ਵਿੱਚ ਬੈਕਵਰਡ ਕਾਸਸ ਨੇ ਸ਼ੈਡਿਊਲਡ ਕਾਸਟ ਨੇ ਜਿੱਥੇ ਹਾਲੇ ਕੁੜੀਆਂ ਸਕੂਲ ਵੀ ਨਹੀਂ ਜਾਂਦੀਆਂ ਜਦੋਂ ਕੁੜੀਆਂ ਵੀ ਪੜ੍ਹ ਲਿਖ ਜਾਣਗੀਆਂ ਤਾਂ ਬਹੁਤ ਜ਼ਿਆਦਾ ਹਾਈ ਲੈਵਲ ਤੇ ਡਿਸਕ੍ਰਿਮੀਨੇਸ਼ਨ ਹੈ ਜਾਂ ਫਿਰ ਜਿੱਦਾਂ ਇੱਕ ਔਰਤ ਨੂੰ ਇੱਕ ਪੋਜੀਸ਼ਨ ਨਾਲ ਦੇਖਿਆ ਜਾਂਦਾ ਹੈ ਕਿ ਜੋ ਲੋਕ ਬਜ਼ੁਰਗ ਨੇ ਜਾਂ ਪੁਰਾਣੇ ਖਿਆਲ ਲਾਂਦੇ ਨੇ ਅੰਡਿਟ ਐਜੂਕੇਸ਼ਨ ਨਹੀਂ ਹੈ ਪਿੰਡਾਂ ਦੇ ਨੇ ਜਿੱਥੇ ਔਰਤ ਨੂੰ ਸਿਰਫ ਇੱਕ ਬਾਡੀ ਦੇ ਰੂਪ ਚ ਦੇਖਿਆ ਜਾਂਦਾ ਹੈ ਨਾ ਇੱਕ ਨੇਚਰਲ ਪ੍ਰੋਸੈਸ ਦੇ ਰੂਪ ਚ ਨਹੀਂ ਦੇਖਿਆ ਜਾਂਦਾ ਸਿਰਫ ਔਰ ਸਿਰਫ ਐਜੂਕੇਸ਼ਨ ਦੀ ਕਮੀ ਦੀ ਵਜ੍ਹਾ ਨਾਲ ਹੈ ਤਾਂ ਮੈਂ ਹੋਪ ਕਰਦੀ ਹਾਂ ਕਿ ਸਾਰੇ ਹੀ ਮਾਪੇ ਪ ਆਪਣੇ ਕੁੜੀਆਂ ਨੂੰ ਐਂਡ ਮੁੰਡਿਆਂ ਨੂੰ ਪੜ੍ਹਾਣ ਐਂਡ ਜਿੱਥੇ ਕੁੜੀਆਂ ਨੂੰ ਘਰ ਦਾ ਕੰਮ ਸਿਖਾਇਆ ਜਾਂਦਾ ਹੈ ਕੁੜੀਆਂ ਨੂੰ ਵਧੀਆ ਪੜ੍ਹਾਈ ਦਿੱਤੀ ਜਾਂਦੀ ਹੈ ਇਹ ਕਰਨ ਲਈ ਕਿ ਆਪਣੇ ਪੈਰਾਂ ਤੇ ਖੜੇ ਹੋਣ ਉੱਥੇ ਹੀ ਮੁੰਡਿਆਂ ਨੂੰ ਘਰ ਦਾ ਕੰਮ ਵੀ ਸਿਖਾਣ ਔਰ ਮੁੰਡਿਆਂ ਦੇ ਦਿਮਾਗ ਦੇ ਵਿੱਚ ਵੀ ਇਸ ਚੀਜ਼ ਨੂੰ ਭਰਨ ਤਾਂ ਕਿ ਮੁੰਡੇ ਵੀ ਆਪਣੀ ਵਾਈਫਸ ਦੇ ਜਿਹੜਾ ਹੱਥ ਵਟਾਣ ਜਿੱਦਾਂ ਔਰਤ ਹੱਥ ਵਟਾਣ ਲੱਗੀ ਹੈ ਫਾਈਨੈਂਸ਼ੀਅਲੀ ਉਦੋਂ ਘਰ ਦੇ ਕੰਮਾਂ ਕਾਜਾਂ 'ਚ ਵੀ ਅਗਰ ਆਦਮੀ ਹੱਥ ਵਟਾਣ ਲੱਗੇਗਾ ਤਾਂ ਜਿਹੜਾ ਡਿਸਕ੍ਰਿਮੀਨੇਸ਼ਨ ਹੈ ਬਹੁਤ ਵੱਡੇ ਲੈਵਲ ਤੇ ਘੱਟ ਹੋ ਜਾਏਗਾ ਜਿਹੜਾ ਹੁਣ ਡਿਸਕ੍ਰਿਮੀਨੇਸ਼ਨ ਹੁੰਦਾ ਹੈ ਜਿਸਵੇਂ ਲੈਵਲ ਤੇ ਛੋਟੇ ਮੋਟੇ ਜੌਬਸ ਚ ਹਾਇਰ ਲੈਵਲ ਦੇ ਪੋਜੀਸ਼ਨ ਚ ਔਰਤ ਨੂੰ ਅੱਜ ਵੀ ਬਾਹ ਫੜ ਕੇ ਉਂਗਲੀ ਫੜ ਕੇ ਆਦਮੀ ਦਾ ਸਹਾਰਾ ਲੈਣਾ ਪੈਂਦਾ ਹੈ ਕਿਉਂਕਿ ਹਾਇਰ ਅਫੀਸ਼ੀਅਲਸ ਜ਼ਿਆਦਾਤਰ ਆਦਮੀ ਨੇ ਐਂਡ ਬਿਨਾ ਆਦਮੀ ਦੀ ਸਪੋਰਟ ਦੇ ਔਰਤ ਅੱਗੇ ਨਹੀਂ ਵਧ ਵਧ ਸਕਦੀ ਔਰ ਕਈ ਵਾਰ ਆਦਮੀ ਔਰਤ ਦੇ ਉਸ ਚੀਜ਼ ਦਾ ਫਾਇਦਾ ਉਠਾਉਂਦੇ ਨੇ ਔਰਤ ਹੋਣ ਦਾ ਅਤੇ ਸ਼ਾਇਦ ਇੱਕ ਈਗੋ ਮੈਟਰ ਵੀ ਹੈ ਕਿ ਆਦਮੀ ਚਾਹਦਾ ਨਹੀਂ ਹੈ ਕਿ ਔਰਤ ਉਹਦੇ ਬਰਾਬਰ ਮੋਢੇ ਨਾਲ ਮੋਢਾ ਜੋੜ ਕੇ ਖੜੀ ਹੋਵੇ ਤਾਂ ਉਹ ਵੀ ਇੱਕ ਬਹੁਤ ਵੱਡੀ ਪ੍ਰੋਬਲਮ ਆ ਰਹੀ ਹੈ ਬਟ ਆਈ ऍम ਹੋਪਿੰਗ ਕਿ ਅਗਲੇ 5 7 10 ਸਾਲਾਂ ਚ ਇਹ ਇਕਵੈਲਟੀ ਵੀ ਆ ਜਾਏਗੀ ਜਿੱਦੂ ਜਿਹੜੇ ਲੋਕ ਰਿਟਾਇਰਡ ਹੋ ਜਾਂਦੇ ਨੇ ਹੋ ਜਾਣਗੇ ਨਵੇਂ ਲੋਕ ਆ ਜਾਣਗੇ ਤਾਂ ਇਹ ਡਿਸਕ੍ਰਿਮੀਨੇਸ਼ਨ ਵੀ ਕੱਟ ਹੋ ਜਾਏਗਾ ਔਰਤ ਨੂੰ ਆਪਣੀ ਡਿਗਨਿਟੀ ਦੇ ਨਾਲ ਆਪਣੀ ਜਿਹੜੀ ਹੈ ਪੋਜੀਸ਼ਨ ਸੰਭਾਲਣ ਦੀ ਸ਼ਕਤੀ ਮਿਲੇਗੀ ਐਂਡ ਮੈਂ ਬਹੁਤ ਸਾਰੀਆਂ ਔਰਤਾਂ ਨੂੰ ਦੇਖਿਆ ਕੁੜੀਆਂ ਨੂੰ ਐਂਡ ਜੋ ਕਸਟਮਰ ਰਿਲੇਸ਼ਨ ਆਫੀਸਰਸ ਨੇ ਸਰਵਿਸ ਪ੍ਰੋਵਾਈਡਰ ਨੇ ਐਂਡ ਅਦਰ ਆਫੀਸਰਸ ਕੰਮ ਕਰੀਏ ਦੇ ਆਰ ਵੈਰੀ ਮੱਚ ਕੁਆਲੀਫਾਈਡ ਐਂਡ ਦੇ ਆਰ ਸੋ ਸਟਰੋਂਗ ਮੈਂਟਲੀ ਫਿਜ਼ੀਕਲੀ ਐਂਡ ਇਮੋਸ਼ਨਲੀ ਆਲਸੋ ਤੋ ਤਾਂ ਮੈਨੂੰ ਐਦਾ ਹੋਪ ਹੈ ਕਿ ਬਹੁਤ ਹੀ ਜਲਦੀ ਇਹ ਡਿਸਕ੍ਰਿਮੀਨੇਸ਼ਨ ਬਹੁਤ ਜਲਦੀ ਖਤਮ ਹੋ ਜਾਏਗਾ ਇੰਡੀਆ ਦੇ ਵਿੱਚ ਵੀ ਆਈ ਡੋਨਟ ਟਾਕ ਅਬਾਊਟ ਐਨੀ ਅਦਰ ਕੰਟਰੀ ਬਿਕੋਜ਼ ਦਾ ਦੈਟ ਇਜ਼ ਨਾਟ ਮਾਈ ਕੰਟਰੀ ਆਈ ਕੈਨ ਓਨਲੀ ਸੇ ਵੇਅਰ ਆਮ ਬਿਲੋਂਗਸ ਟੂ ਤਾਂ ਇੱਕ ਬਹੁਤ ਹੀ ਵੱਡਾ ਪਰਿਵਰਤਨ ਕੁਝ ਕਿ ਸਾਲਾਂ ਚ 4-5 ਸਾਲਾਂ ਚ ਮੈਂ ਫੀਲ ਕਰ ਰਹੀ ਹਾਂ ਐਂਡ ਅੱਗੇ ਆਉਣ ਵਾਲੇ ਸਾਲਾਂ ਚ ਵੀ ਬਹੁਤ ਵੱਡਾ ਪਰਿਵਰਤਨ ਸਾਹਮਣੇ ਆ ਜਾਏਗਾ ਜੇ ਦੌਰਤ ਪੜ ਲਿਖ ਜਾਏਗੀ اور ਅਗਰ ਆਦਮੀ ਨਹੀਂ ਪੜੇਗਾ ਤਾਂ ਉਥੇ ਵੀ ਇਕੁਐਲਿਟੀ ਨਜ਼ਰ ਨਹੀਂ ਆਏਗੀ ਤਾਂ ਬ੍ਰੇਕਅਪਸ ਰਿਲੇਸ਼ਨਸ਼ਿਪਸ ਚ ਫੇਲਿਅਰ ਐਂਡ ਸਮਾਜ ਦੇ ਵਿੱਚ ਡਿਸਕ੍ਰਿਮੀਨੇਸ਼ਨ ਹੋਰ ਵਧੇਗਾ ਤਾਂ ਇੱਕ ਚੀਜ਼ ਤੇ ਧਿਆਨ ਹੋਰ ਰੱਖਣਾ ਪਏਗਾ ਸਮਾਜ ਨੂੰ ਮਾਪਿਓ ਨੂੰ ਜਿੱਥੇ ਕੁੜੀਆਂ ਨੂੰ ਪੜਾ ਰਹੇ ਨੇ ਉਥੇ ਮੁੰਡਿਆਂ ਨੂੰ ਵੀ ਪੜਾਣ ਔਰ ਆਪਣੀ ਪੜੀ ਲਿਖੀ ਕੁੜੀ ਦਾ ਰਿਸ਼ਤਾ ਪੜੀ ਲਿਖੇ ਮੁੰਡੇ ਨਾਲ ਹੀ ਕਰਨ ਤਾਂ ਕਿ ਉਹਨਾਂ ਦਾ ਮਾਈਂਡਸੈਟ ਐਂਡ ਅੰਡਰਸਟੈਂਡਿੰਗ ਪ੍ਰੋਪਰ ਹੋ ਸਕੇ ਜਿੱਥੇ ਮੁੰਡੇ ਘੱਟ ਪੜੇ ਨੇ ਐਂਡ ਕੁੜੀਆਂ ਜ਼ਿਆਦਾ ਪੜੀਆਂ ਨੇ ਉੱਥੇ ਮਾਈਂਡ ਦਾ ਜਿਹੜਾ ਹੈ ਅੰਡਰਸਟੈਂਡਿੰਗ ਨਹੀਂ ਹੁੰਦੀ ਤਾਂ ਉਹ ਰਿਸ਼ਟੈਂਸ ਪ੍ਰੋਬਲਮ ਹੁੰਦੀ ਹੈ ਐਂਡ ਮੈਂ ਇੱਕ ਚੀਜ਼ ਹੋਰ ਸਮਝਦੀ ਆ ਕਿ ਕੁੜੀ ਨੂੰ ਵਿਆਹ ਕਰਵਾਉਣ ਦੀ ਵੀ ਜ਼ਰੂਰਤ ਨਹੀਂ ਅਗਰ ਉਹ ਆਪਣੇ ਪੈਰਾਂ ਤੇ ਖੜੀ ਹੈ ਕਿਉਂਕਿ ਉਹ ਇੱਕ ਸੋਸ਼ਲ ਸਟਰਕਚਰ ਐਂਡ ਫਿਜ਼ੀਕਲ ਨੀਡ ਐਂਡ ਸੋਸਾਇਟੀ ਦਾ ਇੱਕ ਬਣਾ ਦਿੱਤਾ ਗਿਆ ਹੈ ਜ਼ਰੂਰਤ ਐਂਡ ਸ਼ਾਇਦ ਜ਼ਰੂਰਤ ਵੀ ਹੈ ਇੱਕ ਦੂਜੇ ਦੀ ਇੱਕ ਦੂਜੇ ਨੂੰ ਤਾਂ ਉਸ ਹਿਸਾਬ ਲਈ ਇੱਕ ਅ ਐਜੂਕੇਸ਼ਨ ਦਾ ਲੈਵਲ ਜ਼ਰੂਰ ਦੇਖਣਾ ਪਏਗਾ ਜਿੱਦਾਂ ਆਪਾਂ ਫਾਈਨੈਂਸ਼ੀਅਲ ਲੈਵਲ ਦੇਖਦੇ ਆ ਐਜੂਕੇਸ਼ਨ ਦਾ ਲੈਵਲ ਐਂਡ ਅੰਡਰਸਟੈਂਡਿੰਗ ਦਾ ਲੈਵਲ ਵੀ ਜ਼ਰੂਰ ਦੇਖਣਾ ਚਾਹੀਦਾ ਹੈ ਜਿੱਥੇ ਆਦਮੀ ਆਪਣੀ ਪੜ੍ਹੀ ਲਿਖੀ ਔਰਤ ਨੂੰ ਸਪੋਰਟ ਕਰਦਨੇ ਉਹ ਤਾਂ ਵਧੀਆ ਗੱਲ ਹੈ ਪਰ ਜਦੋਂ ਔਰਤ ਕੁਝ ਹਾਇਰ ਲੈਵਲ ਤੇ ਚਲੀ ਜਾਂਦੀ ਹੈ ਤਾਂ ਆਦਮੀਆਂ ਕੋਲ ਜਲਤਰ ਬਰਦਾਸ਼ਤ ਨਹੀਂ ਹੁੰਦਾ ਐਂਡ ਉਹਨਾਂ ਅਗਰ ਉਹਨਾਂ ਦੀ ਕੁਆਲੀਫਿਕੇਸ਼ਨ ਘਟ ਹੈ ਤਾਂ ਉਹਨਾਂ ਦਾ ਮਾਈਂਡ ਸਿਰਫ ਇੱਕ ਹੀ ਚੀਜ਼ ਸਮਝਦਾ ਹੈ ਕਿ ਔਰਤ ਨੂੰ ਯੂਜ਼ ਕੀਤਾ ਜਾ ਰਿਹਾ ਹੈ ਔਰਤ ਯੂਜ਼ ਹੋ ਰਹੀ ਹੈ ਐਂਡ ਯੂ نو ਕਿ ਰਿਲੇਸ਼ਨਸ਼ਿਪ ਦੇ ਪ੍ਰੋਬਲਮਸ ਆਂਦੇ ਨੇ ਤਾ ਇਹ ਹੋਪ ਹੈ ਵਿਸ਼ੇ ਪ੍ਰੇ ਕਿ ਇਹ ਜਿਹੜਾ ਲੈਵਲ ਹੈ ਮੈਚਿਓਰਿਟੀ ਦਾ 멘ਟਲ ਲੈਵਲ এডੂਕੇਸ਼ਨ ਦਾ ਲੈਵਲ ਇਕੁਅਲ ਹੋ ਜਾਏਗਾ ਜਿਸ ਟਾਈਮ ਤਾਂ ਔਰਤ ਨੂੰ ਕਿਸੇ ਵੀ ਜਗ੍ਹਾ ਤੇ ਕੋਈ ਵੀ ਪ੍ਰੋਬਲਮ ਨਹੀਂ ਹੋਏਗੀ ਜੋ ਕਿ ਹਜ਼ਾਰਾਂ ਸਾਲਾਂ ਤੋਂ ਜੋ ਸਾਡੀ ਸਭਿਤਾ ਹੈ ਭਾਰਤ ਦੀ ਹਜ਼ਾਰਾਂ ਸਾਲਾਂ ਤੋਂ ਔਰਤ ਸਫਰ ਹੋ ਰਹੀ ਹੈ ਅੱਜ ਵੀ ਸਫਰਿੰਗ ਚ ਹੈਗੀ ਹੈ ਔਰਤ ਬਟ ਇੱਕ ਵਿਜ਼ਨ ਹੈ ਮੇਰੀ ਕਿ ਅਗੂ ਹੋਰ ਸਫਰ ਨਹੀਂ ਕਰੇਗੀ ਜਿਸ ਦਿਨ ਔਰਤ ਪੜ ਗਈ ਜਿਸ ਦਿਨ ਔਰਤ ਆਪਣੇ ਪੈਰਾਂ ਤੇ ਖੜੀ ਹੋ ਗਈ ਉਹ ਕਦੇ ਵੀ ਇਮੋਸ਼ਨਲ ਟੌਰਚਰ ਨਹੀਂ ਚੱਲੇਗੀ ਇਹ ਮੈਨੂੰ ਉਮੀਦ ਹੈ ਕਿਸੇ ਨੂੰ ਇਮੋਸ਼ਨਲ ਐਂਡ ਮੈਂਟਲ ਟੌਰਚਰ ਟੌਰਚਰ ਕਰਨਾ ਵੀ ਸਹੀ ਗੱਲ ਨਹੀਂ ਹੈ ਐਂਡ ਅੱਜਕੱਲ ਕਾਨੂੰਨ ਹੈ ਤੁਸੀਂ ਕਦੇ ਵੀ ਕਿਸੇ ਦਾ ਸ਼ੋਸ਼ਣ ਨਹੀਂ ਕਰ ਸਕਦੇ ਕਿਸੇ ਵੀ ਲੈਵਲ ਦਾ ਉਸ ਚੀਜ਼ ਦੀ ਸਮਝ ਪੜੀ ਲਿਖੀ ਔਰਤ ਨੂੰ ਹੁੰਦੀ ਹੈ ਐਂਡ ਕੁੜੀਆਂ ਨੂੰ ਤਾਂ ਅੱਜਕੱਲ ਬਹੁਤ ਹੈ ਤਾਂ ਆਮ ਵੀਰੀ ਹੈਪੀ ਕਿ ਅੱਜ ਮੈਂ ਪ੍ਰਾਊਡਲੀ ਫੀਲ ਕਰ ਰਹੀ ਹਾਂ ਕਿ ਇਟਸ ਅ ਪ੍ਰਿਵੀਲੇਜ ਟੂ ਬੀ ਅ ਵੂਮਨ ਐਂਡ ਆਈ ਆਈ ਆਲਰੇਡੀ ਬਲੀਵ ਥੈਟ ਵੂਮਨ ਇਜ਼ ਇਨ ਨੇਚਰ ਔਰਤ ਸਿਰਫ ਦੇਣ ਲਈ ਬਣੀ ਹੈ ਤੁਸੀਂ ਬਚਪਨ ਤੋਂ ਲੈ ਕੇ ਦੇਖੋ ਖੂਬਸੂਰਤੀ 마ਸੂਮੀਅਤ ਇਮੋਸ਼ਨ ਅਗਰ ਨਾ ਹੁੰਦਾ ਤਾਂ ਦੁਨੀਆ ਕਿਦਾਂ ਦੀ ਹੁੰਦੀ ਇੱਕ ਪਥਰੀਲੀ ਦੁਨੀਆ ਹੁੰਦੀ ਲੜ ਲੜ ਕੇ ਮਰ ਜਨਦੇ ਆਦਮੀ ਆਪਸ ਵਿੱਚ ਇੱਕ ਬਹੁਤ ਵੱਡੀ ਜ਼ਰੂਰਤ ਹੈ ਘਰ ਦੀ ਸਮਾਜ ਦੀ ਦੇਸ਼ ਦੀ ਔਰਤ ਇੱਕ ਇੱਕ ਬੇਰੰਗ ਨੂੰ ਕਲਰਫੁੱਲ ਬਣਾਉਂਦੀ ਔਰਤ ਤਾਂ ਉਹਦੀ ਇੱਜ਼ਤ ਬਹੁਤ ਜ਼ਰੂਰੀ ਹੈ ਕਿਉਂਕਿ ਅਗਰ ਆਦਮੀ ਔਰਤ ਦੀ ਇੱਜ਼ਤ ਕਰੇਗਾ ਤਾਂ ਔਰਤ ਆਪਣਾ ਸਭ ਕੁਝ ਉਹਨੂੰ ਦੇ ਦੇਗੀ ਆਦਮੀ ਕਮਾਈ ਕਰਕੇ ਚਾਰ ਪੈਸੇ ਔਰਤ ਦੇ ਹੱਥ ਚ ਰੱਖਦਾ ਹੈ ਤਾਂ ਔਰਤ ਸਭ ਕੁਝ ਬਣਾ ਦਿੰਦੀ ਹੈ ਜਿਸ ਘਰ ਚ ਔਰਤ ਨਹੀਂ ਹੁੰਦੀ ਮੈਂ ਬਿਲੀਵ ਕਰਦੀ ਹਾਂ ਕਿ ਉਹ ਘਰ ਸ਼ਮਸ਼ਾਨ ਘਾਟ ਦੇ ਬਰਾਬਰ ਹੈ ਉੱਥੇ ਗਰੋਥ ਹੀ ਨਹੀਂ ਹੁੰਦੀ ਨਾ ਮੈਂਟਲੀ ਨਾ ਫਿਜ਼ੀਕਲੀ ਨਾ ਆਪਸ ਚ ਕੋਈ ਆਪਸ ਬੰਦੀ ਹੈ ਕਿਸੇ ਦੀ ਤਾਂ ਔਰਤ ਨੂੰ ਦੇਵੀ ਦਾ ਰੂਪ ਦਿੱਤਾ ਗਿਆ ਹੈ ਭਾਰਤ ਦੇ ਵਿੱਚ ਸ਼ਕਤੀ ਦਾ ਰੂਪ ਦਿੱਤਾ ਗਿਆ ਹੈ ਐਂਡ ਸੱਚਮਚ ਔਰਤ ਬਹੁਤ ਕੁਝ ਹੈ ਆਪਣੇ ਆਪ ਦੇ ਵਿੱਚ ਐਂਡ ਔਰਤ ਨੂੰ ਐਕਚੁਅਲੀ ਜ਼ਰੂਰਤ ਵੀ ਨਹੀਂ ਹੈ ਆਦਮੀ ਦੇ ਕੰਪੈਰੀਸ਼ਨ ਦੀ ਉਹਦੇ ਬਰਾਬਰ ਹੋਣ ਦੀ ਕਿਉਂਕਿ ਔਰਤ ਆਦਮੀ ਤੋਂ ਬਹੁਤ ਜ਼ਿਆਦਾ ਉੱਪਰ ਹੈ ਆਲਰੇਡੀ ਬਹੁਤ ਜ਼ਿਆਦਾ ਸਟਰੋਂਗ ਹੈ ਬਸ ਇੱਕ ਚੀਜ਼ ਦੀ ਕਮੀ ਹੈ ਇਮੋਸ਼ਨਲੀ ਸਟਰੋਂਗ ਹੁੰਦੀ ਫਿਜ਼ੀਕਲੀ ਸਟਰੋਂਗ ਹੁੰਦੀ ਜੋ ਕਿ ਆਲਰੇਡੀ ਕੁੜੀਆਂ ਬਣ ਰਹੀਆਂ ਨੇ ਆਲਰੇਡੀ ਨਸਤ ਤੱਕ ਪਹੁੰਚ ਚੁੱਕੀਆਂ ਨੇ ਸਾਇੰਟਿਸਟ ਹੈਗੀਆਂ ਨੇ ਪਾਇਲਟ ਹੈਗੀਆਂ ਨੇ ਡਾਕਟਰ ਹੈਗੀਆਂ ਨੇ ਆਈਪੀਐਸ ਆਈਐਸ ਆਰਮੀ ਅਫੀਸਰਸ ਹੈਗੀਆਂ ਨੇ ਤਾਂ ਹੋਰ ਕੋਈ ਫੀਲਡ ਹੈ ਨਹੀਂ ਜਿੱਥੇ ਔਰਤਾਂ ਨਹੀਂ ਹੈਗੀਆਂ ਬਸ ਇਨੀ ਜ਼ਰੂਰਤ ਹੈ ਕਿ ਔਰਤਾਂ ਨੂੰ ਕੌਨਫੀਡੈਂਸ ਦਈਏ ਕਿ ਹਰ ਸਬਾਡੀ ਇਸਟੈਂਡਿੰਗ ਬਿਹਾਈਂਡ ਯੂ ਯੂ ਗੋ ਫੋਰਵਰਡ ਸਿਰਫ ਇਨੀ ਕਹਿਣ ਦੀ ਜ਼ਰੂਰਤ ਹੈ ਕਿ ਅਸੀਂ ਹੈਗੀਆਂ ਤੁਹਾਡੇ ਪਿੱਛੇ ਤੁਸੀਂ ਅੱਗੇ ਜਾਓ ਐਂਡ ਜਿਹੜੇ ਆਦਮੀ ਆਲਰੇਡੀ ਵੱਡੀਆਂ ਪੋਜੀਸ਼ਨਾਂ ਤੇ ਉਹ ਵੀ ਔਰਤ ਨੂੰ ਇੱਜ਼ਤ ਦੀ ਨਜ਼ਰ ਨਾਲ ਦੇਖਣ ਗੰਦੀ ਨਜ਼ਰ ਨਾਲ ਨਾ ਦੇਖਣ ਉਹ ਦੇ ਚ ਸਮਾਜ ਦੇ ਪਲੇ ਹੈ ਐਂਡ ਉਪਲਾਈ ਹੋਣੀ ਬਹੁਤ ਜ਼ਰੂਰੀ ਹੈ ਐਂਡ ਮੈਂ ਹੌਪ ਕਰਦੀ ਆ ਕਿ ਜ਼ਰੂਰ ਹੋਏਗੀ ਐਂਡ ਆਈ ਵਿਸ਼ ਵੈਰੀ ਹੈਪੀ ਔਮਨਸ ਡੇ ਹਰ ਔਰਤ ਨੂੰ ਆਪਣੀ ਮਰਜ਼ੀ ਨਾਲ ਜ਼ਿੰਦਗੀ ਜਿੰਦਾ ਰਾਈਟ ਹੈ ਬਾਈਲਾ ਐਂਡ ਜਿਨੀ ਵੇਜ ਆਦਮੀ ਨੂੰ ਮਿਲਦੀ ਹੈ ਉਨੀ ਐਕਸਪੀਰੀਅੰਸ ਦੇ ਹਿਸਾਬ ਨਾਲ ਔਰਤ ਨੂੰ ਵੀ ਮਿਲਣੀ ਚਾਹੀਦੀ ਹੈ ਘਰ ਦੇ ਵਿੱਚ ਆਦਮੀ ਦੇ ਬਰਾਬਰ ਇੱਜ਼ਤ ਮਿਲਣੀ ਚਾਹੀਦੀ ਹੈ ਐਂਡ ਇਸ ਤਰ੍ਹਾਂ ਕੁਝ ਤਾਂ ਹੀ ਸੰਭ 可能 ਹੈ ਜਦ ਸਮਾਜ ਪੜ ਲਿਖ ਜਾਏਗਾ ਤਾਂ ਉਹ ਸਾਰੀਆਂ ਗੱਲਾਂ ਜੋ ਮੈਂ ਕਹਿ ਰਹੀ ਹਾਂ ਸਾਰੀਆਂ ਸਮਝ ਆਣਗੀਆਂ ਕਿਉਂਕਿ ਮੇਰੀ ਮੇਰੀ ਆਡੀਅנס ਜਿਹੜੀ ਹੈ ਟਾਰਗੇਟਿੰਗ ਆਡੀਅנס ਪਿੰਡ ਦੀ ਹੈ ਤਾਂ ਮੈਨੂੰ ਇਹ ਕਹਿਣਾ ਪੈ ਰਿਹਾ ਅਦਰਵਾਇਜ਼ ਯੂ نو ਪੀਪਲ نو एवरीथिंग ਸਾਰਿਆਂ ਨੂੰ ਸਭ ਕੁਝ ਪਤਾ ਹੈ ਮੇਰਾ ਕਹਿਣਾ ਬੰਦਾ ਸੀਗਾ ਤਾਂ ਮੈਂ ਵੀਡੀਓ ਬਣਾਤੀ ਤੇ ਰੋਜ਼ ਜਿੱਤ ਕਰਦੀ YouTube ਖਿਆਲ ਰੱਖਿਓ ਆਪਣਾ